Assalamu alaikum. Dasso, school da muh nahi vekhya te akhbar padhya hai. Oye abba, oye abbad, apna us, apna ma, akhbar te siddhi phad. Achha, duaiyan wala ishtihar. Wah, ali wah. ऐ पढ़ो खबर ऐ पढ़ो पढ़ो भी अब्बा ओए ओए अब मर गए अब्बा मारता ही बगैर था ओ ले आ ले ओए अब मैं नहीं मारिया मैंने मरिया मराया मिले अब्बा मारता ही पानी लेके आ मत तू अबे ना पंचर देखना पानी लेके आ जल्दी ले बेल में पानी लेके आ जल्दी आ रही आ रही आ रही बड़ा दुख है प्या तेरे अबे मरदा मेनू बहुत दुख है प्या पानी पानी प्या जल्दी कर ए 10 पा पी गया बहुत अच्छे ओए मेरे प्यो नु पियाना सी ओए इनु मरन दे अब पैसे आंदे नवा अबा ले 125 दा नवा अबा ले मैं अबे रेंट ते चोरने ने ना मर गया बहुत अच्छे अब्बा जी दे विचों सेक्सी निकले ते तेरी मां दे छट्टे नजर आ आहो हर छट्टा मेरी मां दा लगदा है तेनू ओए जकरानी है मैं तो आदमी सी मैं तुम्हारे लिए नाश्ता लेके आया जल्दी तैयार कर गया होया की सी अब्बा और चक्कर जे आ गया कोई समझ नहीं आई कुछ नहीं है नहीं हुण की हो सकदा अब्बा जी हां जी बेटा तुहानू मेरी फिक्र है की होया पुत्त अपने किदे नाल ब्याह कीता जे मेरा तेरा औरत नाल ब्याह कीता है ਪਤੀਜੀ ਜਿਹੜੀ ਹਾਂਜੀ ਤੁਹਾਡੀ ਹਾਂਜੀ 7 ਸਾਲ ਹੋ ਗਏ ਨੇ ਵਿਆਹ ਨੂੰ ਬੱਚਾ ਤੱਕ ਚੂਈ ਨਹੀਂ ਜੰਮੀ ਉਹਨੇ ਉਹ ਬੇਟਾ ਇਹਨਾਂ ਦੇ ਕੰਮ ਨੇ ਇੱਥੇ ਕੋਈ ਭਲਵਾਨੀ ਕੰਮ ਨਹੀਂ ਆਂਦੀ ਮੈਂ ਤੇ ਹੁਣ ਦੂਜਾ ਵਿਆਹ ਕਰਾਂਗਾ ਓਏ ਖਬਰਦਾਰ ਇਹੋ ਜੀ ਗੱਲ ਕੀਤੀ ਤੇ ਆਜੋ ਦੂਜਾ ਵਿਆਹ ਕਰਾਂਗਾ ਤੂੰ ਆਜੋ ਲੋ ਆ ਗਿਆ ਜੀ ਤੁਹਾਡੀ ਦੂਜੀ ਕਰਤੂਤ ਐ ਭਾਜਨ ਦੇਖਿਆ ਤੇ ਕਰੋ ਕੋਈ ਨਾਲ ਐਡਾ ਸੋਹਣਾ ਹੈ ਚੰਬੇ ਐ ਚਿੱਟਾ ਮੇਰੀ ਵਾਰੀ ਕੀ ਮਲੋਖ ਖਾਂਦਾ ਰਿਹਾ तेरा पुत्र है मेरा ही पुत्र है तू भी मेरा ही पुत्र है आ है तेरा पुत्र है लेकिन पूछ चो है जी है भी ਤੁਹਾਡਾ ਹੀ ਪੁੱਤਰ ਹੈ ਲੇਕਿਨ ਜੈ ਸੂਰ ਚ ਆ ਮੈਂ ਜੈ ਵਾ ਤੂੰ ਸੂਰ ਹੈ ਪਤਾ ਕੌਣ ਹੀ ਦੇਖਦੇ ਨਹੀਂ ਤੁਸੀਂ ਕੌਣ ਹੈਗਾ ਤੁਸੀਂ ਕੌਣ ਆਪਣਾ ਇਹ ਮੇਰੇ ਨਾਲ ਕਾਲਜ ਵਿੱਚ ਪੜ੍ਹਦੀ ਸਮੀਨਾ ਇਹਦਾ ਨਾਮ ਹੈ ਸਮੀਨਾ ਤੇ ਨਾ ਕਾਲਜ ਪੜ੍ਹਦਾ ਸਮੀਨਾ ਨਾਲ ਦੀ ਕੁੜੀ ਤੇ ਕਦੀ ਕਾਲਜ ਗਈ ਨਹੀਂ ਉਹ ਕਿਉਂ ਤੁਹਾਨੂੰ ਪਤਾ ਉਹ ਬਜ਼ੁਰਗਾ ਐ ਕੀ ਖਚਾ ਮਾਰੀ ਗਈ ਉਹ ਐ ਤਾਂ ਦੱਸ ਕੀ ਹੈ ਕੀ ਹੈ ਇਹਨਾਂ ਦੇ ਨੈਣ ਨਕਸ਼ੀ ਆਪਸ ਵਿੱਚ ਨਹੀਂ ਮਿਲਣ ਦਾ ਇਹ ਕੀ ਤੇਰੀ ਜਿਹੜੀ ਵੌਠੀ ਹੈ ਉਹਦੀ ਮੰਜੀ ਚੌਂਕ 'ਚ ਸੀ ਉਹਦੇ ਨਾਲ ਲੜਿਆ ਰਿਹਾ ਕੀ ਚੱਕਰ ਕੀ ਉਹ ਸਪਾਈ ਦੀ ਧੀ ਸੀ ਨਾ ਚੌਂਕ 'ਚ ਸੁੱਤੀ ਰਹਿੰਦੀ ਸੀ ਪਤਾ ਨਹੀਂ ਫਿਰ ਐਨੂੰ ਪੁੱਛੋ ਕਿੱਥੋਂ ਆਇਆ ਜੇ ਇਹ ਕਿੱਥੋਂ ਤੂੰ ਤੇ ਕਾਲਜ ਗਿਆ ਸੀ ਪੜ੍ਹਨ ਲਈ ਉਹ ਬਸ ਆ ਜਲਦੀ ਛੁੱਟੀ ਹੋ ਗਈ ਸੀ ਨਾ ਲੈ ਜਲਦੀ ਛੁੱਟੀ ਹੈ ਕਿਹੜਾ ਕਾਲਜ ਹੈ ਬਈ ਜਿਹੜਾ ਆਣ ਜਾਣ ਕਰਦਾ ਉਹ ਸਲਾਮ ਅਲੈਕਮ ਬਾਬਾ ਜੀ ਅੱਬਾ ਜੀ ਅੱਬਾ ਜੀ ਖਾਲੀ ਜੀ ਕਹਿੰਦੇ ਮੌਤ ਪੈਂਦੀ ਆ ਇਹਨੂੰ ਕਾਲਜ ਚੋਂ ਕੱਢ ਦਿੱਤਾ ਗਿਆ ਹੈ ਹੋ ਕਿਉਂ ਫੀਸ ਵੀ ਨਾ ਜਮਾ ਕਰਾਈ ਉਹ ਲੈ ਲੈ ਫੀਸ ਦਾ ਰੌਲਾ ਹੀ ਹੈ ਬਜ਼ੁਰਗੋ ਇਹ ਤੁਹਾਡਾ ਮੁੰਡਾ ਉੱਥੇ ਮਾਸਟਰ ਨਾਲ ਖਰਾਬ ਆ ਤੇਰਾ ਬੇੜਾ ਤਰਜੇ ਮੇਰੀ ਕਮਾਈ ਮਾਸਟਰ ਨੂੰ ਖਵਾਉਂਦਾ ਰਿਹਾ ਨਹੀਂ ਐਵੇਂ ਬਸ ਸਾਡੇ ਕੋਲ ਸਬਕ ਸਿੱਖ ਅਸੀਂ ਸਾਰੀ ਜ਼ਿੰਦਗੀ ਪੀਟੀ ਮਾਸਟਰ ਕੋਲੋਂ ਖਾਧਾ ਹਾਂਜੀ ਹੈ बहुत अच्छे अब्बा हाल हो गई वैसे कुछ देखा करो मेहमान आया घर देखा करो मेहमान ये घर कैसा लगे आपको मेरा बहुत प्यारा है हाँ। चलो मेरा कमरा भी देख क्या होता है ठीक गला करो मेहमान दिया पुता तू पढ़े जाने के सारा करा जाने चाचा जी बेटा ए भी मेरा मालिक है देखो हां जी की है ओ मरे तू किसे रूड़ी नु ताला मार के ते बाहर फिर के कह मैं मालिक हां तू इथे जायदाद दा मालिक बने ऐसा चवल है मस्जिद का दरवाजा खड़का के कहता आ केबल की फीस दे दो और ऐसा च
ਸਾਰਾ ਦਰਵਾਜ਼ਾ ਖੜਕਾ ਕੇ ਕਹਿੰਦਾ ਅੰਮੀ ਦੀ ਫੀਸ ਦੇ ਦਿਓ। ਲਓ ਓਏ ਚਾਚੇ ਨੇ ਪੱਲੇ ਹੀ ਬਣਾਈ। ਅੰਮੀ ਨੂੰ ਕਦੀ ਪੱਲੇ ਬਣੀ ਹੈ? ਜਿਹੜਾ ਮੂਲੀ ਵਾਲੇ ਪਰੌਣੇ ਖਾ ਕੇ ਹੀਨੋ ਚ ਪੈ ਗਏ ਆ, ਉਹ ਨਾਲ ਦਾ ਬੰਦਾ ਕਹਿੰਦਾ ਭਾਜੀ ਆ ਮਿਸ ਕਾਲਾ ਤੁਸੀਂ ਮਾਰਨ ਦਾ ਤੇ ਆਪਣੀ ਵੀ ਦੱਸ ਕੀ ਫਿਲਮ ਵੇਖਣ ਗਿਆ, ਟਿਕਟ ਲਈ ਆ ਗੇਟ ਕੋਲ ਗਿਆ ਵਾਪਸ, ਮੈਂ ਕਿਹਾ ਹਾਲ ਚ ਨੀ ਵੜਦਾ, ਕਹਿੰਦਾ ਗੇਟ ਅੱਗੇ ਟਿਕਟਾਂ ਪਾੜੀ ਜਾਣ ਡਿਆ। ਉਹ ਸਾਲਿਆ ਪੜਵਾਏਗਾ ਤੇ ਅੰਦਰ ਜਾਏਗਾ ਨਾ। ਗੱਲ ਕਰ ਕਿਸੇ ਖੁਰਕ ਵਾਲੀ ਕੁੱਤੀ ਦਿਆ ਬੱਚਿਆ। ਐਸਾ ਚੁੱਪਲ ਮਹੱਲੇ ਦੇ ਮੌਲਵੀ ਸਾਹਿਬ ਨੂੰ ਮਿਸ ਹੋਇਆ, ਉਹਨਾਂ ਨੇ ਫਰਮਾਇਆ ਸ਼ਰਾਬ ਹਰਾਮ ਏ, ਇਹ ਬਗੈਰਤ ਉੱਠ ਕੇ ਕਹਿੰਦਾ ਕੁੱਬੀ ਤੇ ਪੀ ਸਕਦਾ। ਚੁਮਾ ਪੜਨ ਗਿਆ ਮੌਲਵੀ ਸਾਹਿਬ ਨੇ ਕਿਹਾ ਲੀਕ ਤੋਂ ਅੱਗੇ ਪੈਰ ਨਾ ਆਏ, ਕਹਿੰਦਾ ਕੀ ਗੱਲ ਨੋ ਬਾਲ ਹੋ ਜਾਂਦੀ ਇਹਦੇ ਵਿੱਚ। ਮੇਰਾ ਦਿਨ ਫੈਂਟੀ ਗੱਲ ਦੀ ਅਸੀਂ ਤੇ ਜਾ ਕੇ ਮੌਲਵੀ ਸਾਹਿਬ ਨੂੰ ਕਹਿੰਦਾ ਜਨਾਬ ਇਹ ਚੁਮਾ ਥੱਲੇ ਪੜਾਉਣਾ ਕਿ ਉੱਤੇ, ਉਹਨਾਂ ਨੇ ਫਰਮਾਇਆ ਉੱਤੇ, ਕਹਿੰਦਾ ਮੈਂ ਫਿਰ ਥੱਲੇ ਮਿਲੀਅਟ ਰੱਖ ਲਾਂ। ਉਹਨੂੰ ਵੀ ਚੁਗਤ ਕਰ ਰਿਹਾ, ਇਹ ਵੀ ਖਲੋਤਾ, ਉਹ ਵੀ ਖਲੋਤਾ, ਉਹਨਾਂ ਨੂੰ ਕੋਈ ਭੈਣ ਦਾ ਰਿਸ਼ਤਾ ਦਿੱਤਾ ਹੈ? ਆਪ ਈਦਗਾਹ ਚ ਗਿਆ, ਈਦਗਾਹ ਚ ਅੱਛਾ ਈਦਗਾਹ ਚ ਰਸ਼ ਵੇਖ ਕੇ ਕਹਿੰਦਾ ਇੱਥੇ ਕੀ ਨਰਗਸ ਆ ਰਹੀ ਹੈ। ਐਸਾ ਚੌੜ ਹਮਾਮ ਵਾਲੇ ਕੋ ਮਿਸ ਹੋਇਆ, ਹੁਣ ਜਾ ਕਹਿੰਦਾ ਭਾਜੀ ਹਮਾਮ ਕਿਤੇ ਮੁਝੇ ਬੰਦ ਕਰਨਾ, ਕਹਿੰਦਾ ਸ਼ੇਵ ਕਰਾਉਣੀ, ਕਹਿੰਦਾ ਨਹੀਂ ਮੈਂ ਤੇਰੀ ਥੜੀ ਤੇ ਸੌਣਾ। ਹਮਾਮ ਵਾਲਾ ਇਹਨਾਂ ਨੇ ਇਤਰਾਜ਼ ਕਰਨ ਡਿਆ ਸੀ, ਕਹਿੰਦਾ ਆਪਣੀ ਮਾਂ ਨੂੰ ਸਮਝਾਈ ਰੋਜ਼ ਕੱਪੜੇ ਇੱਥੇ ਹੀ ਭੁੱਲ ਜਾਂਦੀ, ਨਵੇਂ ਪਾ ਕੇ ਆ ਜਾਂਦੀ ਹੈ ਪੁਰਾਣੇ ਉੱਥੇ ਹੀ ਜਾ ਜਾਂਦੀ। ਬੜੀਆਂ ਮਾਰਫਤੀਆਂ ਗੱਲਾਂ ਕਰਦੇ ਹੋ ਤੁਸੀਂ ਦੋਵੇਂ। ਚਲੋ ਕਾਕਾ ਅੰਦਰ। ਵੇ ਗੱਲ ਸੁਣ, ਹਾਂ ਤੂੰ ਐਡਾ ਕਮਜ਼ੋਰ ਕਿਉਂ ਹੈ? ਉਹ ਮੈਂ ਦੰਦੀਆਂ ਕੱਢਣ ਦੇ ਆ। ਕਿਹੜੀ ਗੱਲ ਤੋਂ ਦੰਦੀਆਂ ਕੱਢਣ ਦੇ? ਮੈਂ ਮੁੱਕਾ ਮਾਰ ਕੇ ਬਾਕੀ ਦੰਦੀਆਂ ਕੱਢਦੇ ਆ। ਦੁਕਾਨਦਾਰ ਕੋਲੋਂ ਮਿਸ ਹੋਇਆ, ਉਹਦੀ ਦੁਕਾਨ ਦੀ ਥੜੀ ਦੇ ਅੱਗੇ ਸੁੱਤਾ ਪਿਆ, ਉਹ ਆਣ ਕੇ ਨੂੰ ਕਹਿੰਦਾ ਉੱਠੋ ਮੈਂ ਦੁਕਾਨ ਖੋਲਣੀ, ਚਵੜੋ ਨੂੰ ਕਹਿੰਦਾ ਆ ਤੂੰ ਨਾਲ ਦੀ ਖੋਲ ਲੈ। ਇਹਦੀ ਮਾਂ ਜਾ ਕੇ ਡਾਕਟਰ ਨੂੰ ਮਾਂ ਇਹਦੀ ਡਾਕਟਰ ਕੋਲ ਗਈ। ਅੱਛਾ ਜਾ ਕੇ ਕਹਿੰਦੀ ਡਾਕਟਰ ਸਾਹਿਬ ਮੇਰਾ ਬੀਪੀ ਵੇਖੋ। ਹਾਂ ਉਹਨੇ ਵੇਖਿਆ ਕਹਿੰਦਾ ਬੀਪੀ ਲੋ ਹੈ, ਸਾਨੂੰ ਜ਼ਰਾ ਅਪ ਚਾਹੀਦਾ। ਲਾਲ ਮੂੰਹ, ਮੈਂ ਪਹਿਲਾ ਬਾਂਦਰ ਵੇਖਿਆ ਜਿਹੜਾ ਮੂੰਹ ਵੱਲੋਂ ਲਾਲ ਏ। ਹਾਂ ਤੂੰ ਬਾਂਦਰ ਨੂੰ ਕਿੱਥੋਂ ਕਿੱਥੋਂ ਵੇਖਣਾ? ਜਿੱਥੋਂ ਜਿੱਥੋਂ ਲਾਲ ਹੁੰਦਾ। ਤੇਰੀ ਮਾਂ ਨੇ ਸੁਰਖੀ ਕਿੱਥੋਂ ਲਾਈ ਸੀ? ਇਸ ਬਕੂਏ ਦਾ ਨੀ ਮੈਨੂੰ ਪਤਾ। ਹਾਂ ਬਕੂਏ ਦਾ ਨੀ ਪਤਾ, ਇਹਨੂੰ ਕੱਢੋ ਅੱਬਾ ਜੀ, ਕਿਉਂ ਮੁੱਤਾ ਪਵਾਉਣਾ ਜੇ? ਕੱਢੋ ਕੀ ਕੱਢੋ ਕੀ ਹੁੰਦਾ? ਇਹਨੂੰ ਕਿੱਥੇ ਲੈ ਕੇ ਫੇਰਨ ਡਿਆ? ਚਲੀ ਜਾਏਗੀ ਨਾ, ਅਦਬ ਨਾਲ ਕਹੋ। ਓ ਯਾਰ ਅੱਛਾ ਅਦਬ ਨਾਲ ਕਹੋ। ਚਲੋ ਆਪਣਾ ਅੱਛਾ, ਓਕੇ ਜਾਨੂ, ਓਕੇ 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 ਜਾਨੂ। ਤੁਸੀਂ ਵੀ ਵੈਸੇ ਵੇਖਦੇ ਨਹੀਂ ਹੋ? ਕੀ ਵੇਖਦੇ ਨੇ, ਕੋਈ ਆਈਏ ਤੇ ਚੱਲ ਪਗਲੋਲਾ। ਹੈਰ ਜਨਰਾ ਇਹਦੇ ਨਾਲ ਮੈਂ ਕਰ ਦੇਖ ਲਾਂਗਾ, ਮੈਂ ਤਾਂ ਦੇਖ ਲੈਣਾ ਤੂੰ ਮੈਂ ਚੂਹਾ ਦੇ ਕੇ ਰੋਟੀ ਫੜਨੀ।